ਕਲਮੈ ਹਰ ਕੋ ਨਾਮ ਨਿਸ ਦਿਨ ਜੋ
ਭਜ ਹੋ ਕਰਨ ਸੁਣੋ ਹਰ ਨਾਮ ਨਾਨਕ ਸੁਣ ਰੇ ਮਨਾ ਨ ਜੰਕੈ ਧਾਮ ਜੋ ਪ੍ਰਣੀ ਮਮਤਾ ਤਜੈ ਕਰਨੋ ਸੋਨਾ ਕੀਓ ਪਰਿਓ ਲੋਭ ਕੈ
सुख के किए दुख को कियो न कोए। कहो नानक सुन रे मना हर पावै सो होए। जग भिखारी फिरत है सबको दाता राम। नानक मन सिमर ते पूरन हो वह काम। झूठे मान कहा करे जग सुपने दियो जान। गर्भ करत है देह को बिन से शिन में मीत। कानी हर जस कहियो नानक ते जग जीत। जे कट सिमरन राम को सोनर मुक्ता जा। एक भगत भगवान जे प्राणी कै नाहे मन। जैसे सुकर स्वान नानक मानो ताहे तन। स्वामी को गृह जो सदा स्वान तजत नहीं नित। तीर्थ भरत अर दान कर मन में तरै गुमान। निर्बल जानते ज्यों कुंचर स्नान। सिर कंपियो पग डग मगे नैन जोत दे कर देखियो जगत में को कहो को नाहे। नानक फिर हर भगत है तेरा को मन माहे। जग रचना सब झूठ है जान ले होर मीत। राम गयो रावण गयो जागो बहु परवार। नानक फिर कछ नहीं सुपने ज्यों संसार। चिंता ताके कीजिए जो अनहोनी होए। एक मार्ग संसार को नानक फिर नहीं को। जो उपजो सो बिनस है परुहा जग काल। नानक हर गुण गाए शाड सगल जंजाल। जो उपजो सो बिनस है परुहा जग काल। नानक हर गुण गाए शाड सगल दोहरा
मन शुद्ध क्यो बंधन परे कछु न होत उपाय कहो नानक अबे ओट हर जज ज्यों हो सहाय बन हुआ बंधन छुटे सब किछ होत उपाय नानक सब किछ तुमरे हाथ में तुम ही होत सहाय संग सखा सब तज गए राग एक संग पंच बरंग
ਸੰਗ ਅਲਪ ਹੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਹੈ ਕਰਹੀ ਪੰਜ ਰਾਗ ਦੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੀ ਗਵੈ ਬੰਗਲੀ ਪੁਨ ਹਸ ਲਿਖੀ ਕੀ ਪਹੀ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰ ਕੋ ਦਸਾਖ ਸੁਨਵ ਹੈ ਬੰਗਾਲਮ ਮਾਧਵ ਮਾਧਵ ਗਵ ਹੈ ਲਲਤ ਬਿਲਾਵਲ ਗਵਹੀ ਆਪਣੇ ਆਪਣੀ ਪਾਂਤ ਹਸਤ ਪੁੱਤਰ ਭੈਰਵ ਕੇ ਗਾਵਹਿ ਗਾਇਨ ਪੱਤਰ ਦੁਤੀਆ ਬਾਲਕੂ ਸਖਾ ਲੱਪ ਹੈ ਸੰਗ ਰਾਗਨੀ ਪੰਚੋ ਥੱਪ ਹੈ ਗੋਂਡ ਕਰੀ ਹਰਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਤਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੋ ਸਖਸੰਗ ਲਾਈ ਮਾਰੂ ਮਸਤ ਅੰਗ ਮਿਵਾਰਾ ਪ੍ਰਬਲ ਜੰਡ ਕੋ ਸਖ ਉਬਾਰਾ ਖਾਉ ਖਟ ਆਉ ਭੌਰਾ ਨਦ ਗਾਏ ਅਸ਼ਟ ਮਾਲ ਕੋ ਸਖ ਸੰਗ ਲਾਏ ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਖਲੋ ਗਾਇਨ ਤਾਰ ਮਿਲਾ ਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਰ ਜਾ ਸੰਗ ਲਾਈ ਪੰਚੋ ਅਰ ਜਾ ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਇ ਸਰਸ ਬਾਨ ਹੋ ਆਏ ਬਿਨੁਦਾ ਗਾਵੈ ਸਰਸ ਬਸੰਤ ਕਮੁਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਉਹਨੇ ਆਈ ਦੀਪਕ ਕੀ ਬਾਰੀ ਕਛੇਲੀ ਪੱਟ ਮੰਜਰੀ ਟੋਡੀ ਕਹੀ ਅਲਾਪ ਕਾਬੂ ਦੀ ਹੋ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਂਦਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਵ ਹੈ ਪੰਚੋ ਸੰਗ ਬਰੰਗਨ ਲਵ ਹੈ ਬੈਰਾਰੀ ਕਰ ਡਾਡੀ ਧਰੀ ਗਵਰੀ ਗਵੈ ਅਸਾਵਰੀ ਤੇ ਪਾਚੈ ਸਿੰਧ ਵੀ ਅਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਟਮ ਮੇਘ ਰਾਗ ਵੈ ਗਵੈ ਪੰਚੋ ਸੰਗ ਬਰੰਗਨ ਲਵਹਿ ਸੋਰਟ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਰਗੁਨੀ ਉੱਚੈ ਸੁਰ ਸੂਹਾ ਪੁਨ ਕਿਨੀ ਮੇਘ ਰਾਗਸੋ ਪੰਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ
ਜਬਲੇ ਧਰ ਨ ਠਾਓ ਜਨ ਧਾਰਾ ਪੁਨ ਗਾਵਹ ਸੰਕਰ ਹੋ ਸਿਆਮਾ ਮੇਘ ਰਾਗ ਪੁੱਤਰਨ ਕੇ ਨਮਾ ਖਸ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰ ਹੈ ਦਸ ਬੀਸ ਖਸ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰ ਹੈ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆ ਰਾਹ ਗ੍ਰੰਥਨ ਪਰਿਵਾਰ ਭਰੀਆ ਸਬਦ ਗਾਵਨ ਆਈਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਕਨੀ ਵਸਾਇਆ ਕਹਿ ਨਾਨਕ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੁਖ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਣ ਕੀਤਾ ਗੁਰਮਿਟਹੁ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤਹੁ ਸਬਦ ਰਹੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਖਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੂਰ
ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿੰਦੇ ਭਗਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਮਦ ਦੂਰੇ ਸੁਣਦੇ ਪੁਨੀਤ ਕਹਿੰਦੇ ਭਗਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਮਤ ਦੂਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਕ ਮਹਤ ਦਿਵਸ ਰਾਤ ਦੁਇ ਦਈ ਦਇਆ ਖਿਲੈ ਸਗਲ ਜਗਤ ਚੰਗਿਆਈਆ ਮੁਰਿਆਈਆ ਬਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਠਾ ਸਾਹਿਬ ਅਰਜਨ ਹਰਗੋਬਿੰਦ ਸਿੰਘ ਸ੍ਰੀ ਅਖਲਾਜ
ਸ੍ਰੀ ਹਰਕ੍ਰਿਸ਼ਨ ਜੀ ਆਈ ਹੈ ਕਿ ਸ੍ਰੀ ਕੇਸ਼ਵ ਜਾਇ ਤੇ ਬਹਾਦਰ ਸਿਮਰਿਆ ਘਰ ਮੌਰੀ ਦੇ ਆਵੇ ਤਾਇ ਸਤਾਇ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਇ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਟੀਆਂ ਜੰਮੀਆਂ ਤਰੀਆਂ ਜਿਨ੍ਹਾਂ ਨੇ ਨਾਮ ਜਪਿਆ ਮੁੜ ਸਿੱਖਿਆ ਦੇ ਚਲਾਈ ਦੀ ਅਗਵਾਈ ਦੀ ਕੇਡਿਟ ਕੀਤਾ ਤਿੰਨਾਂ ਪਿਆਰਿਆਂ ਸਿੱਖਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿੰਨਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਤ ਸਿੱਧ ਤੇ ਬੰਦ ਬੰਦ ਕਟਾਏ ਕੋਪਰੀਆਂ ਲਵਾਈਆਂ ਚੱਕੜੀਆਂ ਤੇ ਚੜੇ ਆਰਿਆਂ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇ ਪਤੇ ਪਿਟਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਪ੍ਰਸਾਦ ਦਾਨ ਦਾਨਾ ਸੁਲਤਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਤਿ ਦੇ ਇਸ਼ਨਾਨ ਚੌਕਿਆਂ ਚੰਡੇ ਹੋਗੇ ਜੁਗੋ ਜੁਗ ਅਟਲ ਧਰਮ ਕਾਲ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨਿਵਾ ਮਤ ਜੀ ਮਤ ਪਤਾ ਰਾਗਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਡਿਤ ਸਦਾ ਸਾਹਿਬ ਦਾ ਦਰਜਿਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟਣੀ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਗੀਏ ਸੱਚੇ ਪਾਤਸ਼ਾਹ ਜੀਓ ਜਨਮ ਮਲ ਨੂੰ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈ ਮਰਸੂਲੇ ਨੂੰ ਲੈ ਦੇ ਮਾਵਾਂ ਖਾਂ ਅਨੁਸਾਰ ਸੰਤ ਬ੍ਰਹਮ ਗਿਆਨੀ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲਿਆਂ ਦੀ ਦਿਨਾਂ ਦੀ ਸਲਾਨਾ ਬਰਸੀ ਮਿੱਠੀ ਆਦ ਮਨਾਉਂਦੇ ਹੋਏ ਸੂਰ ਸਾਧ ਸੰਗਤ ਵੱਲੋਂ ਰਲ ਮਿਲ ਕੇ ਤੁਰਕੀ ਬਾਣੀ ਆਈ ਦਿਨ ਸਦੀ ਚਿਤ ਮਿਟਾਈ ਦੇ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਤੋਂ ਆਏ ਸੰਤ ਸੱਚੇ ਪਾਤਸ਼ਾਹ ਜੀ ਹੋ ਐਸੇ ਕਿਰਪਾ ਸਾਹਿਬ ਸੰਪੂਰਨ ਭੋਗ ਪਾਏ ਗਏ ਨੇ ਉਪਰੰਤ ਛੇ ਗੁਰੂ ਨਾਨਕ ਸਾਹਿਬ ਜੀ ਦੇ ਜਾਪ ਨੇ ਜਾਪ ਪੜ੍ਹਿਆ ਬਾਣੀ ਪੜ੍ਹਿਆ ਪੰਜ ਸਿੰਘਾਂ ਕੋਲੋਂ ਪਾਠ ਕਰਦਿਆਂ ਆਖਰ ਵਾਦੇ ਘਾਟੇ ਗੁਰੂ ਮਾਫ਼ ਕਰਨਾ ਅੱਗੇ ਨੂੰ ਸ਼ੁੱਧ ਸ਼ਬਦ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ ਬਾਣੀ ਪੜ੍ਹੀ ਸੁਣੀ ਸੱਚ ਖੰਡ ਪ੍ਰਮਾਣ ਕਰਨੀ ਬਾਣੀ ਦਾ ਭਾਵ ਆਈ ਸਾਹ ਸੰਦੇਖਦਿਆਂ ਤੇ ਵਸਾਉਣਾ ਜੋ ਮਾਏ ਭਾਈ ਆਪ ਜੀ ਦੱਤੇ ਤਿੰਨ ਗੁਰ ਵਡਾਲੇ ਗਿਆ ਨੇ ਆਪ ਜੀ ਦੱਤੇ ਪ੍ਰਮਾਣ ਕਰਨਾ ਸਭਨਾਵਾਂ ਦੇ ਕਾਰਜ ਰਾਜ ਕਰਨਾ ਸਭਨਾਵਾਂ ਦੀ ਕਲਾ ਵਾਲਾ ਜੀਵਨ ਕਰੋ ਕਰੋ ਨਾਮ ਦੀਆਂ ਦਾਤਾਂ ਖੁਸ਼ੀਆਂ ਕਿਹੜੀ ਬਖਸ਼ਿਸ਼ ਕਰਨਾ ਮਿਹਨਤ ਕਰਨੀ ਕਿਰਪਾ ਕਰੋ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਵਿਦਿਆ ਦੀ ਦਾਤ ਮਾਤਾ ਪਿਤਾ ਦੀ ਆਗਿਆਕਾਰੀ ਬੱਚੇ ਬਣਾਉਣਾ ਦੇ ਸਕੂਨ ਦਾ ਸੇਵਾਦਾਰ ਬਣਾਉਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ ਆਪ ਚ ਪ੍ਰੇਮ ਪਿਆਰ ਦੀਆਂ ਦਾਤਾਂ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੋ ਬੰਦੀ ਸਿੰਘਾਂ ਵਾਸਤੇ ਅਰਦਾਸ ਬੇਨਤੀ ਜੋਦਰੀ ਸੱਚੇ ਪਾਤਸ਼ਾਹ ਜੋ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ੋ ਸਿੱਖ ਦੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤਾਂ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ
ਕਿਰਪਾ ਕਰੀ ਸੰਤ ਮਹਾਂਪੁਰਖਾਂ ਦੇ ਦਸਾਏ ਮਾਰਗ ਤੇ ਚੱਲਣ ਦਾ ਸਮੂਹ ਸਾਧ ਸੰਗ ਨੂੰ ਉੱਤਮ ਅੱਛੇ ਉਸ਼ਾ ਬਖਸ਼ਿਸ਼ ਕਰਨਾ। ਇਸੇ ਤਰ੍ਹਾਂ ਸੰਤਾਂ ਮਹਾਂਪੁਰਖਾਂ ਦੀ ਸਲਾਨਾ ਮਿੱਠੀ ਆਦਾ ਮਨਾਉਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਸਮੂਹ ਇੰਡੀਆ ਦੀ ਸਾਧ ਸੰਗਤ ਨੂੰ ਹਿੰਮਤ ਤੇ ਉਪਰਾਲਾ ਰੋਸ਼ਨਾ ਕਾਰੋਬਾਰ ਦੇ ਵਾਧੇ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਨੂੰ ਇਸ ਵੇਲੇ ਆਪ ਜੀ ਦੇ ਗੁਰਮੁਖ ਪਰਿਵਾਰਾਂ ਨੂੰ ਆਪ ਜੀ ਵਾਸਤੇ ਸੁੰਦਰ ਰੁਮਾਲਾ ਅਤੇ ਬੇਅੰਤ ਰੁਮਾਲਾ ਹਾਜ਼ਰ ਹੋਈ ਹੈ। ਸੱਚੇ ਪਾਤਸ਼ਾਹ ਜੀ ਰੁਮਾਲਾ ਸਾਹਿਬ ਆਪ ਅੰਗੀਕਾਰ ਕਰੋ। ਗੁਰਮੁਖ ਪਰਿਵਾਰਾਂ ਦੇ ਲੋਕ ਪਰਲੋਕ ਵਿੱਚ ਪੜਦੇ ਗਿਜੀ ਰੱਖਣਾ ਚੜੀ ਗਲਾਦੀਆਂ ਦਾਦਾ ਬਖਸ਼ਿਸ਼ ਕਰਨਾ ਜਿਨ੍ਹਾਂ ਖਜ਼ਾਨੇ ਜੋ ਮਾਇਆ ਹੈ ਖਜ਼ਾਨੇ ਭਰਪੂਰ ਕਰਨੇ ਕਾਲ ਕੰਦੂ ਕਰੇ। ਸੱਚੇ ਪਾਤਸ਼ਾਹ ਜੋ ਲੰਗਰਾਂ ਵਾਸਤੇ ਰਸਤਾਈਆਂ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਤੋਂ ਬਤਾਇਆ ਖਜ਼ਾਨੇ ਭਰਪੂਰ ਕਰਨੇ ਕਾਲ ਕੰਨ ਦੁੱਕਣਾ ਸਭਨਾਂ ਦੀ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਸਭਨਾਂ ਨੂੰ ਸਿੱਖੀ ਵਾਲਾ ਜੀਵਨ ਵਿਦਿਆ ਦੀ ਦਾਤਾ ਬਖਸ਼ਿਸ਼ ਕਰਨਾ ਨਾਮ ਸਿਮਰਨ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ। ਇਸ ਵੇਲੇ ਸਮੂਹ ਸਾਧ ਸੰਗਤ ਵੱਲੋਂ ਕੜਾ ਪ੍ਰਸ਼ਾਦੀ ਦੇਗ ਸੱਚੇ ਹਾਜ਼ਰ ਆਪ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਵਾਲੀ ਸਾਧ ਸੰਗਤ ਦੇ ਜੋ ਸੱਚੇ ਜੋ ਸਤਨਾਮ ਸ੍ਰੀ ਵਾਹਿਗੁਰੂ 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 ਨਾਮ ਦੇ ਵਿੱਚ ਸੱਚੇ ਪਾਤਸ਼ਾਹ ਜੋ ਕਰੋ ਕਿਰਪਾ ਇਸ ਵੇਲੇ ਆਪ ਜੀ ਆਪਣਾ ਪਵਿੱਤਰ ਕਮਲਾ ਵਾਸਤੇ ਸੰਤਾਨ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮੈਂ ਆਪ ਜੀ ਦਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਰ ਅਕਾਲ ਜੀ ਤਪੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।
ਕਹੋ ਕਬੀਰ ਮੈਂ ਸੋ ਗੁਰ ਪਾਇਆ, ਨਾ ਕਾ ਨਾਉ ਬੇਕੋ ਸੰਤ ਮਿਲੈ, ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ, ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤੇਰੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸੰਤ ਸਰਨ ਜੋ ਜਨ ਬਲੈ ਸੋ ਜਨ, ਸੰਤ ਕੀ ਨਿੰਦਾ ਬਹੁਰ ਬਹੁਰਿਆ ਸੁਖਹੁ ਡਲ, ਅਹਨਸ ਸਹਿਜ ਸੁਭਾਈ ਦਰਸੁਨ ਮਰਸੈ, ਜਨਮ ਮਰਨ ਦੁਖ ਜਾਏ ਹੋਵੈ ਸਿਫਤ, ਨੂਰ ਅਰਸੋਂ ਪੁਰਸੋਂ ਝਟੀਐ, ਤੁਧ ਡਿਠੇ ਸੱਚੇ ਮਲ ਜਨਮ ਜਨਮ ਦੀ ਸੱਜਣ ਸੱਚਾ, ਸਿਰ ਸਾਂਭ ਜਿਸ ਪਾਸ ਬੈਠਿਆ ਸਭਨਾ ਦਾ ਵਿਸਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ,
ਧੰਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੇ, ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਜਗ ਚਾਵਰ ਛਤਰ ਤਖ ਤੇ ਬਿਰਾਜਮਾਨ, ਗੁਰਬਾਣੀ ਦੇ ਬੋਹਿਤ ਲੋਕ ਪਰਲੋਕ ਦੇ ਰਾਖੇ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦਾਂ ਆਨੰਦ ਮਾ ਰਹੀ, ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਜਿੰਨੇ ਵੀ ਜੁੜਮਲ ਬੈਠੇ ਹੋ, ਸੁਣ ਰਹੇ ਹੋ, ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਆਪ ਸਭ ਸੰਗਤ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਅੱਜ ਦੇ ਹਫ਼ਤਾਵਾਰੀ ਸਮਾਗਮ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਹਨ, ਜਿਸ ਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਦਾ ਉਲਟਾ ਆਸਰਾ ਲੈਂਦਾ ਮੈਂ। ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਆਏ ਗਏ ਸਨ, ਜਿਨ੍ਹਾਂ ਦੀ ਸੰਪੂਰਨਤਾ ਹੀ ਹੋਈ ਹੈ, ਭੋਗ ਪਾਏ ਗਏ ਹਨ। ਇਸ ਤੋਂ ਬਾਅਦ ਜਿਹੜੇ ਦੀਵਾਨ ਹਨ ਬਾਹਰ ਮੇਨ ਹਾਲ ਵਿੱਚ ਸੱਜਣੇ ਹਨ, ਸੋ ਆਪ ਸਭ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਅਗਲੇ ਦੀਵਾਨ ਜਿਹੜੇ ਬਾਹਰ ਟੈਂਟ ਲਾਏ ਹੋਏ ਹਨ, ਉੱਥੇ ਗੁਰਬਾਣੀ ਦੇ ਪ੍ਰਵਾਹ ਆਰੰਭ ਹੋਣੇ ਹਨ, ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਆਪਾਂ ਸਾਰਿਆਂ ਨੇ ਚਾਹ ਪਾਣੀ ਦਾ ਲੰਗਰ ਛੱਕ ਕੇ ਦੀਵਾਨ ਹਾਲ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਕਥਾ ਢਾਡੀ ਵਾਲਾ ਦਾ ਆਨੰਦ ਮਾਣਨਾ ਹੈ। ਕੁਝ ਕੁ ਬੇਨਤੀਆਂ ਬਾਹਰ ਖੂਨਦਾਨ ਕੈਂਪ ਵੀ ਲੱਗਾ ਹੋਇਆ ਹੈ, ਜਿਹੜੇ ਵੀ ਭੈਣ ਭਾਈਆਂ ਨੇ ਨਾਮ ਲਿਖਾਏ ਸਨ ਉਹ ਜ਼ਰੂਰ ਉੱਥੇ ਪਹੁੰਚਣ। ਦੂਸਰਾ, ਡਾਕਟਰਾਂ ਦੀ ਟੀਮ ਵੀ ਪਹੁੰਚੀ ਹੈ, ਕਿਸੇ ਨੇ ਵੀ ਕੋਈ ਵੀ ਟੈਸਟ ਕਰਵਾਉਣਾ ਹੋਵੇ ਫਰੀ ਆਫ ਕੋਸਟ ਹੈ, ਉਹ ਉਹਨਾਂ ਕੋਲ ਕਰਵਾ ਸਕਦੇ ਹਨ ਬਾਹਰ। ਔਰ ਇੱਕ ਜ਼ਰੂਰੀ ਬੇਨਤੀ, ਪਾਰਕਿੰਗ ਹਾਲ ਦੇ ਅੰਦਰ ਵੜਦਿਆਂ ਜਦੋਂ ਮੇਨ ਗੇਟ ਤੋਂ ਅਸੀਂ ਲੈਫਟ ਮਾਰਦੇ ਹਾਂ, ਬੱਸ ਦੇ ਪਿੱਛੇ ਦੋ ਵਾਈਟ ਗੱਡੀਆਂ, ਚਿੱਟੀਆਂ ਗੱਡੀਆਂ ਖੜ੍ਹੀਆਂ ਹਨ, ਉਹ ਜਿਸ ਵੀ ਭੈਣ ਭਾਈ ਦੇ ਹੋਣ ਉੱਥੋਂ ਮੂਵ ਕਰ ਲੈਣ, ਤਾਂ ਜੋ ਜਿਹੜੀਆਂ ਗੱਡੀਆਂ ਅੰਦਰ ਆ ਰਹੀਆਂ ਹਨ ਉਹਨਾਂ ਨੂੰ ਅੰਦਰ ਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਬਾਬਾ ਨਾਜਰ ਸਿੰਘ ਹੋਣੀ ਸਭ ਹੁਣ ਪਹਿਲਾਂ ਕੀਰਤਨ ਦੀ ਹਾਜ਼ਰੀ ਭਰਨਗੇ, ਉਸ ਤੋਂ ਬਾਅਦ ਕੀਰਤਨ ਕਥਾ ਢਾਡੀ ਵਾਰਾਂ ਦਾ ਆਪਾਂ ਸਾਰੇ ਆਨੰਦ ਮਾਣਨਾ ਹੈ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।